कंप्यूटर फंडामेंटल दा पार्ट नंबर 17 आज इस दे विच आपां जानांगे डेस्कटॉप दे जिहड़े जिन्ने भी कंट्रोल्स आ उहनां दे बारे क्योंकि इह बेसिक दे विच इंपोर्टेंट हुंदा आ इहदे बारे पता होना चाहिदा कि किस तरह आपां डेट एंड टाइम सैट कर सकदे आ और अपने स्टार्ट बटन दे विच की हुंदा आ अपने डेस्कटॉप दे उत्ते किहड़े-किहड़े आइकनस हुंदे ने सो आपां इहदे बारे अज जानांगे कि फोल्डर किस तरह दे हुंदे ने फोल्डर किस तरह क्रिएट कर सकदे आ ते नाल ही आपां जानांगे कि डेस्कटॉप ते लगाईआं होईआं बैकग्राउंड पिक्चर्स नूं आपां किस तरह लगा सकदे आ ये सारे डेस्कटॉप कंट्रोल्स ने जिन्हां दे बारे अज आपां डिटेल विच जानांगे सो जल्दी नाल स्टार्ट करदे आ वीडियो जदों भी कंप्यूटर जां लैपटॉप आपां ऑन करदे हां तां सब तों पहला ये स्क्रीन आपां नूं शो हुंदी आ ते इस स्क्रीन नूं आपां डेस्कटॉप स्क्रीन कहिंदे आ ते इहदे उत्ते बहुत सारे शॉर्टकट आइकनस बने हुए हुंदे आ कंप्यूटर आइकन जिद्दां कि फोल्डर्स इमेजेस शॉर्टकट आइकनस ओह हुंदे आ जिहड़े आपां कंप्यूटर दे विच प्रोग्राम इंस्टॉल कीते हुंदे उहनां दे सारिआं दे शॉर्टकट आइकनस डेस्कटॉप दे उत्ते बन जांदे आ सो इत्थे आपां किसे भी तरहां दा जिहड़ा आ शॉर्टकट लई आइकन रख सकदे आ जिहनूं आसानी नाल ओपन कर सकदे आ इस तरह सब तो नीचे टास्क बार हुंदी है ते टास्क बार दे उत्ते सब तो पहला बटन स्टार्ट हुंदा उस तो बाद आपां किसी भी तरह दा आइकन जिहड़ा टास्क बार दे उत्ते रख सकते हैं ते राइट साइड दे उत्ते अपने कोल टाइम ते डेट मैनेज करन दे लई आइकन हुंदे ने सो स्टार्ट बटन दे उत्ते जे मैं क्लिक करां तां इहदे विच देखो अपने को हर तरह दा जो भी कंप्यूटर दे विच इंस्टॉल आ कुछ भी कंप्यूटर दे विच इंस्टॉल आ ਉਹ ਸਾਰੇ ਦੀ ਡਿਟੇਲ ਜਿਹੜੀ ਆ ਉਹ ਆਪਾਂ ਨੂੰ ਸਟਾਰਟ ਬਟਨ ਦੇ ਉੱਤੇ ਕਲਿੱਕ ਕਰਨ ਦੇ ਨਾਲ ਜਿੰਨੇ ਵੀ ਪ੍ਰੋਗਰਾਮਸ ਓਪਨ ਹੁੰਦੇ ਆ ਉਹਨਾਂ ਦੇ ਵਿੱਚੋਂ ਮਿਲ ਜਾਂਦੀ ਆ ਨੀਚੇ ਹੀ ਇਹਦੇ ਸ਼ਟ ਡਾਊਨ ਬਟਨ ਹੁੰਦਾ ਅਤੇ ਸ਼ਟ ਡਾਊਨ ਦੀਆਂ ਨੈਕਸਟ ਪ੍ਰੋਪਰਟੀਜ਼ ਹੁੰਦੀਆਂ ਕਿ ਕਿਸ ਤਰ੍ਹਾਂ ਤੁਸੀਂ ਸਵਿੱਚ ਉਹਨੂੰ ਲੌਗ ਆਫ ਕਰਨਾ ਚਾਹੁੰਦੇ ਰੀਸਟਾਰਟ ਕਰਨਾ ਚਾਹੁੰਦੇ ਸਲੀਪ ਕਰਨਾ ਚਾਹੁੰਦੇ ਕਿਸ ਤਰ੍ਹਾਂ ਵੀ ਤੁਸੀਂ ਕਰਨਾ ਚਾਹੁੰਦੇ ਤਾਂ ਉਹ ਆਪਾਂ ਉੱਥੋਂ ਕਰ ਸਕਦੇ ਹਾਂ ਸੋ ਮੈਂ ਸਿੰਪਲੀ ਜੇ ਅਗਰ ਸਟਾਰਟ ਬਟਨ ਦੇ ਉੱਤੇ ਕਲਿੱਕ ਕੀਤਾ ਤਾਂ ਇਸ ਦੇ ਵਿੱਚ ਦੇਖੋ ਮੈਂ ਆਲ ਪ੍ਰੋਗਰਾਮਸ ਦੇ ਉੱਤੇ ਕਲਿੱਕ ਕਰਦੀ ਇਹਦੇ ਵਿੱਚ ਸਾਰੇ ਪ੍ਰੋਗਰਾਮਸ ਓਪਨ ਹੋ ਜਾਂਦੇ ਆ ਇੱਥੋਂ ਆਪਾਂ ਡਿਟੇਲ ਜਿਹੜੀ ਆਪਣੇ ਕੰਪਿਊਟਰ ਦੀ ਜਾਣ ਸਕਦੇ ਹਾਂ ਅਤੇ ਆਪਣੇ ਪੀਸੀ ਦਾ ਨਾਮ ਵੀ ਸਭ ਤੋਂ ਪਹਿਲਾਂ ਇਧਰਲੀ ਸਾਈਡ ਦੇ ਉੱਤੇ ਦਿੱਤਾ ਹੋਇਆ ਹੁੰਦਾ ਆ ਅਤੇ ਉੱਪਰ ਪਿਕਚਰ ਹੁੰਦੀ ਆ ਸੋ ਇਸੇ ਤਰ੍ਹਾਂ ਦੇਖੋ ਮੈਂ ਅਗਰ ਇਹ ਕੰਪਿਊਟਰ ਦੇ ਆਈਕਨ ਨੂੰ ਡਿਲੀਟ ਕਰ ਦਿੱਤਾ ਇਹ ਹੁਣ ਰੀਸਾਈਕਲ ਬਿਨ ਦੇ ਵਿੱਚ ਚਲੇ ਗਿਆ ਜੋ ਇਹ ਗਲਾਸੀ ਬਣੀ ਹੋਈ ਹੋਈ ਆ ਇਸ ਨੂੰ ਕਹਿੰਦੇ ਆ ਰੀਸਾਈਕਲ ਬਿਨ ਅਗਰ ਮੈਂ ਇਹਦੇ 'ਤੇ ਐਮਪਟੀ ਕਰ ਦਿੰਦੀ ਹਾਂ ਮਤਲਬ ਇਹਨੂੰ ਵੀ ਖਾਲੀ ਕਰ ਦਿੰਦੀ ਹਾਂ ਤਾਂ ਇਹਦੇ ਵਿੱਚੋਂ ਪਰਮਾਨੈਂਟਲੀ ਜਿਹੜਾ ਸਾਰਾ ਡੇਟਾ ਰਿਮੂਵ ਹੋ ਜਾਵੇਗਾ ਜਾਂ ਫਿਰ ਮੈਂ ਇਹਨੂੰ ਓਪਨ ਕਰਕੇ ਰੀਸਟੋਰ ਕਰ ਸਕਦੀ ਹਾਂ ਸੋ ਹੁਣ ਅਗਰ ਮੈਂ ਕੰਪਿਊਟਰ ਦਾ ਆਈਕਨ ਡਿਲੀਟ ਕਰ ਦਿੱਤਾ ਤਾਂ ਉਹਨੂੰ ਵਾਪਸ ਕਿੱਦਾਂ ਲਿਆ ਸਕਦੀ ਦੇਖੋ ਇੱਥੇ ਕੰਪਿਊਟਰ ਬਣਿਆ ਹੋਇਆ ਇਹਦੇ ਉੱਤੇ ਰਾਈਟ ਕਲਿੱਕ ਕਰਨਾ ਮਾਊਸ ਤੋਂ ਔਰ ਸ਼ੋ ਔਨ ਡਿਸਕਟੋਪ 'ਤੇ ਕਲਿੱਕ ਕਰਨਾ ਦੇਖੋ ਇਹ ਆਪਣੇ ਡਿਸਕਟੋਪ ਦੇ ਉੱਤੇ ਵਾਪਸ ਆ ਗਿਆ ਆ ਇਸਦਾ ਇੱਕ ਹੋਰ ਤਰੀਕਾ ਆ ਕਿ ਕੰਪਿਊਟਰ ਨੂੰ ਆਪਾਂ ਡਰੈਗ ਕਰਨਾ ਮਾਊਸ ਦੀ ਹੈਲਪ ਦੇ ਨਾਲ ਅਤੇ ਸਕਰੀਨ 'ਤੇ ਲੈ ਆਉਣਾ ਬਟ ਇਹਦੇ ਉੱਤੇ ਦੇਖੋ ਇੱਕ ਸ਼ੋਰਟਕੱਟ ਆਈਕਨ ਬਣ ਗਿਆ ਆ ਜੋ ਕਿ ਆਪਾਂ ਨੂੰ ਦੇਖਣ ਨੂੰ ਅੱਛਾ ਨਹੀਂ ਲੱਗਦਾ ਸੋ ਆਪਾਂ ਜਿਹੜਾ ਆ ਸ਼ੋ ਔਨ ਡਿਸਕਟੋਪ ਵਾਲਾ ਹੀ ਰੱਖ ਲੈਂਦੇ ਹਾਂ ਸੋ ਇਹਨੂੰ ਮੈਂ ਡਿਲੀਟ ਦੁਬਾਰਾ ਕਰ ਦਿੰਦੀ ਹਾਂ ਇਸੇ ਤਰ੍ਹਾਂ ਕਿਸੇ ਵੀ ਫਾਈਲ ਕਿਸੇ ਵੀ ਆਈਕਨ ਨੂੰ ਆਪਾਂ ਜਿਹੜਾ ਸ਼ੋਰਟਕੱਟ ਲਈ ਆਪਣੇ ਡਿਸਕਟੋਪ ਦੇ ਉੱਤੇ ਰੱਖ ਸਕਦੇ ਹਾਂ ਜਿਸ ਤਰ੍ਹਾਂ ਮੰਨ ਲਓ ਕਿ ਮੈਂ ਇੱਥੋਂ ਕੋਈ ਫਾਈਲ ਲੈ ਲੈਂਦੀ ਹਾਂ ਵਰਡ ਦੀ ਲੈ ਲੈਂਦੀ ਹਾਂ ਫਾਈਲ ਦੇਖੋ ਉਹਨੂੰ ਮੈਂ ਸ਼ੋਰਟਕੱਟ ਲਈ ਜਿਹੜਾ ਟਾਸਕ ਬਾਰ ਦੇ ਉੱਤੇ ਰੱਖਣਾ ਦੈਨ ਮੈਂ ਟਾਸਕ ਬਾਰ 'ਤੇ ਰੱਖ ਸਕਦੀ ਹਾਂ ਅਗਰ ਮੈਂ ਡਿਸਕਟੋਪ 'ਤੇ ਰੱਖਣਾ ਦੇਖੋ ਡਿਸਕਟੋਪ 'ਤੇ ਵੀ ਰੱਖ ਸਕਦੀ ਹਾਂ ਇਸੇ ਤਰ੍ਹਾਂ ਮੈਂ ਅਗਰ ਉਹਨੂੰ ਟਾਸਕ ਬਾਰ ਦੇ ਨੀਚੇ ਵੀ ਦੇਖੋ ਰੱਖ ਦਿੱਤਾ ਆ ਅਤੇ ਉੱਪਰ ਵੀ ਰੱਖ ਦਿੱਤਾ ਆ ਸੋ ਇਸ ਤਰ੍ਹਾਂ ਆਪਾਂ ਇਹਨੂੰ ਰੱਖ ਸਕਦੇ ਹਾਂ ਸੋ ਮੈਂ ਫਸਟ ਇਹਨੂੰ ਡਿਲੀਟ ਕਰ ਦਿੰਦੀ ਹਾਂ ਕਿਉਂਕਿ ਆਪਾਂ ਨੂੰ ਲੋੜ ਨਹੀਂ ਹੈ ਮੈਂ ਸਿਰਫ ਤੁਹਾਨੂੰ ਦੱਸ ਰਹੀ ਹਾਂ ਇਸੇ ਤਰ੍ਹਾਂ ਆਪਾਂ ਜਿਹੜਾ ਟਾਸਕ ਬਾਰ ਦੇ ਉੱਤੋਂ ਵੀ ਆਪਾਂ ਇਹਨੂੰ ਰਿਮੂਵ ਕਰ ਸਕਦੇ ਹਾਂ ਸੋ ਅੱਗੇ ਆਪਾਂ ਦੇਖ ਲੈਂਦੇ ਹਾਂ ਕਿ ਹੋਰ ਕਿਹੜਾ ਆਈਕਨਸ ਰੱਖ ਸਕਦੇ ਕਿਸੇ ਵੀ ਤਰ੍ਹਾਂ ਦਾ ਆਈਕਨ ਜਾਂ ਫਾਈਲ ਆਪਾਂ ਜਿਹੜੀ ਹੈ ਸ਼ਾਰਟਕੱਟ ਰੱਖ ਸਕਦੇ ਹਾਂ ਦੇਖੋ ਕੈਲਕੂਲੇਟਰ ਆਪਾਂ ਯੂਜ਼ ਕਰਦੇ ਰਹਿੰਦੇ ਹਾਂ ਸੋ ਕੈਲਕੂਲੇਟਰ ਵੀ ਮੈਂ ਟਾਸਕ ਬਾਰ ਦੇ ਉੱਤੇ ਰੱਖ ਲਿਆ ਤਾਂ ਕਿ ਆਪਾਂ ਨੂੰ ਇਹ ਲੱਭਣਾ ਨਾ ਪਵੇ ਕੰਪਿਊਟਰ ਦੇ ਵਿੱਚ ਈਜ਼ੀਲੀ ਆਪਾਂ ਨੂੰ ਮਿਲ ਜਾਵੇ ਸੋ ਇਸ ਤਰ੍ਹਾਂ ਜਿਹੜੇ ਆ ਇਹ ਡਿਸਕਟੋਪ ਦੇ ਆਈਕਨਸ ਨੂੰ ਆਪਾਂ ਯੂਜ਼ ਕਰਕੇ ਆਸਾਨੀ ਆਪਣੇ ਕੰਮ ਨੂੰ ਹੋਰ ਵੀ ਆਸਾਨ ਕਰ ਸਕਦੇ ਹਾਂ ਹੁਣ ਇਹ ਡਿਸਕਟੋਪ ਦੇ ਸਾਰੇ ਆਈਕਨਸ ਨੂੰ ਆਪਾਂ ਵਾਰੀ ਵਾਰੀ ਡਿਸਕਸ ਕਰ ਲੈਂਦੇ ਹਾਂ ਸਭ ਤੋਂ ਪਹਿਲਾਂ ਆਪਾਂ ਕੰਪਿਊਟਰ ਡਿਸਕਸ ਕਰਦੇ ਹਾਂ ਦੇਖੋ ਕੰਪਿਊਟਰ ਦੇ ਵਿੱਚ ਜਿੰਨੀਆਂ ਵੀ ਆਪਣੀਆਂ ਡਰਾਈਵਸ ਹੁੰਦੀਆਂ ਸੀ ਡੀ ਈ ਡਰਾਈਵਸ ਇਹਨਾਂ ਸਾਰਿਆਂ ਦੇ ਵਿੱਚ ਆਪਣਾ ਜਿੰਨਾ ਵੀ ਡੇਟਾ ਕੰਪਿਊਟਰ ਦਾ ਆ ਉਹ ਸਾਰਾ ਇਹਦੇ ਵਿੱਚ ਹੁੰਦਾ ਇਸੇ ਤਰ੍ਹਾਂ ਆਪਣੇ ਕੋਲ ਰੀਸਾਈਕਲ ਬਿਨ ਹੁੰਦਾ ਇਹਦੇ ਵਿੱਚ ਜੋ ਵੀ ਆਪਣਾ ਡਿਲੀਟ ਹੁੰਦਾ ਡੇਟਾ ਉਹ ਸਾਰਾ ਇਹਦੇ ਵਿੱਚ ਹੁੰਦਾ ਅਤੇ ਇਹ ਤੋਂ ਹੀ ਰੀਸਟੋਰ ਕਰ ਸਕਦੇ ਹਾਂ ਸੋ ਇਸੇ ਤਰ੍ਹਾਂ ਆਪਣੇ ਕੋਲ ਦੋ ਆਪਣੇ ਕੋਲ ਜਿਸ ਤਰ੍ਹਾਂ ਆਹ ਯੈਲੋ ਕਲਰ ਬਣੇ ਹੋਏ ਆ ਇਹਨਾਂ ਨੂੰ ਆਪਾਂ ਫੋਲਡਰਸ ਕਹਿੰਦੇ ਆ ਇਹ ਆਪਾਂ ਕ੍ਰੀਏਟ ਕਰ ਸਕਦੇ ਹਾਂ ਸੋ ਇਸੇ ਤਰ੍ਹਾਂ ਆਪਣੇ ਕੋਲ ਸ਼ਾਰਟਕੱਟ ਆਈਕਨਸ ਹੁੰਦੇ ਆ ਦੇਖੋ ਜਿਹਦੇ ਵਿੱਚ ਆਹ ਬਲੂ ਐਰੋ ਬਣਿਆ ਹੋਇਆ ਆ ਜਿਨ੍ਹਾਂ ਦੇ ਉੱਤੇ ਇਹ ਸਾਰੇ ਆਪਣੇ ਸ਼ਾਰਟਕੱਟ ਆਈਕਨਸ ਹੁੰਦੇ ਆ ਅਤੇ ਇਹਨਾਂ ਨੂੰ ਆਪਾਂ ਕੰਪਿਊਟਰ ਦੇ ਵਿੱਚ ਇੰਸਟਾਲ ਕਰਦੇ ਹਾਂ ਅਤੇ ਇਹਨਾਂ ਨੂੰ ਯੂਜ਼ ਕਰ ਸਕਦੇ ਹਾਂ ਸੋ ਹੁਣ ਮਾਊਸ ਦੇ ਨਾਲ ਆਪਾਂ ਰਾਈਟ ਕਲਿੱਕ ਕੀਤਾ ਤਾਂ ਆਪਣੇ ਕੋਲ ਇਹ ਸਕਰੀਨ ਜਿਹੜੀ ਸ਼ੋ ਹੁੰਦੀ ਆ ਇਹਦੇ ਵਿੱਚ ਫਸਟ ਆਪਾਂ ਵਿਊ ਦੇ ਵਿੱਚ ਕਲਿੱਕ ਕੀਤਾ ਔਰ ਲਾਰਜ ਆਈਕਨ ਦੇ ਉੱਤੇ ਅਗਰ ਕਲਿੱਕ ਕਰਦੇ ਹਾਂ
ਤਾਂ ਦੇਖਣਾ ਲਾਰਜ ਆਈਕਨ ਦੇ ਨਾਲ ਆਪਣੇ ਸਭ ਤੋਂ ਵੱਡੇ ਹੋ ਜਾਣੇ ਆਈਕਨਸ ਦਾ ਕੰਮ ਹੈ ਇਹ ਸਾਰਾ ਦੇਖੋ ਲਾਰਜ 'ਤੇ ਕਲਿੱਕ ਕੀਤਾ ਤਾਂ ਇਹ ਸਾਰੇ ਵੱਡੇ ਹੋ ਗਏ ਇਸੇ ਤਰ੍ਹਾਂ ਅਗਰ ਮੈਂ ਮੀਡੀਅਮ 'ਤੇ ਕਲਿੱਕ ਕਰਦੀ ਹਾਂ ਤਾਂ ਮੀਡੀਅਮ ਹੋ ਜਾਂਦੇ ਨੇ ਅਗਰ ਇਸ 'ਤੇ ਮੈਂ ਸਮਾਲ 'ਤੇ ਕਲਿੱਕ ਕਰਦੀ ਹਾਂ ਦੈਨ ਇਹ ਸਾਰੇ ਸਮਾਲ ਹੋ ਜਾਂਦੇ ਨੇ ਸੋ ਇਸ ਨੂੰ ਆਪਾਂ ਸੈਟਿੰਗ ਜਿਹੜੀ ਚੇਂਜ ਕਰ ਸਕਦੇ ਹਾਂ ਸੋ ਨੈਕਸਟ ਹੈਗਾ ਅਰੇਂਜ ਆਈਕਨਸ ਮਤਲਬ ਅਰੇਂਜ ਕਰਕੇ ਰੱਖਣਾ ਆਈਕਨਸ ਨੂੰ ਕਿਸੇ ਵੀ ਤਰ੍ਹਾਂ ਦੇ ਫੋਰਮੈਟ ਵਿੱਚ ਆਪਾਂ ਇਹਨੂੰ ਜਿਹੜਾ ਅਰੇਂਜ ਕਰਕੇ ਰੱਖ ਸਕਦੇ ਹਾਂ ਦੇਖੋ ਇਹਦੇ ਵਿੱਚ ਗ੍ਰਿਡ ਲਾਈਨਸ ਆ ਬਣ ਗਈਆਂ ਇਸ ਤਰ੍ਹਾਂ ਆਪਾਂ ਗ੍ਰਿਡ ਲਾਈਨਸ ਜਿਹੜੀਆਂ ਯੂਜ਼ ਕਰ ਸਕਦੇ ਹਾਂ ਗ੍ਰਿਡ ਦੇ ਉੱਤੇ ਕਲਿੱਕ ਕਰਕੇ ਨੈਕਸਟ ਆਪਣੀ ਇੱਕ ਆਈਕਨਸ ਟੂ ਗ੍ਰਿਡ ਆ ਨੈਕਸਟ ਹੈਗਾ ਆਪਣੇ ਕੋਲ ਸ਼ੋ ਔਨ ਡੈਸਕਟੋਪ ਦੇਖੋ ਇਹਨੂੰ ਮੈਂ ਅਨਟਿਕ ਕਰ ਦਿੱਤਾ ਤਾਂ ਇੱਥੋਂ ਜਿਹੜੇ ਆ ਸਾਰੇ ਆਈਕਨਸ ਗਾਇਬ ਹੋ ਗਏ ਮਤਲਬ ਹਾਈਡ ਹੋ ਗਏ ਵਾਪਸ ਕਲਿੱਕ ਕੀਤਾ ਤਾਂ ਵਾਪਸ ਸ਼ੋ ਹੋ ਗਏ ਇਸ ਤਰ੍ਹਾਂ ਆਪਾਂ ਸ਼ੋ ਐਂਡ ਹਾਈਡ ਕਰ ਸਕਦੇ ਇਸੇ ਤਰ੍ਹਾਂ ਆਪਣੇ ਕੋਲ ਗੈਜਟਸ ਆ ਦੇਖੋ ਮੈਂ ਗੈਜਟਸ 'ਤੇ ਕਲਿੱਕ ਕੀਤਾ ਤਾਂ ਮੇਰੇ ਸਾਰੇ ਗੈਜਟਸ ਆ ਗਏ ਇਹਨਾਂ ਸਾਰਿਆਂ ਨੂੰ ਆਪਾਂ ਗੈਜਟਸ ਕਹਿੰਦੇ ਹਾਂ ਸੋ ਇਹਨਾਂ ਨੂੰ ਅਗਰ ਹਾਈਡ ਕਰਨਾ ਹੋਵੇ ਦੈਨ ਇਹਦੇ ਉੱਤੇ ਟਿੱਕ ਕਰਕੇ ਆਪਾਂ ਹਾਈਡ ਕਰ ਸਕਦੇ ਹਾਂ ਸੋ ਨੈਕਸਟ ਆਪਣੇ ਕੋਲ ਸੋਰਟ ਬਾਏ ਹੁਣ ਇਹਨਾਂ ਆਈਕਨਸ ਨੂੰ ਆਪਾਂ ਆਈਟਮ ਵਾਈਜ਼ ਜਿਹੜਾ ਸੋਰਟ ਕਰਨਾ ਚਾਹੁੰਦੇ ਹਾਂ ਜਾਂ ਫਿਰ ਸਾਈਜ਼ ਵਾਈਜ਼ ਕਰਨਾ ਚਾਹੁੰਦੇ ਹਾਂ ਦੇਖੋ ਜਿਹਦਾ ਸਾਈਜ਼ ਘੱਟ ਆ ਉਹ ਸਭ ਤੋਂ ਉੱਪਰ ਚਲੇ ਗਿਆ ਹੁਣ ਜਦੋਂ ਆਪਾਂ ਆਈਟਮ ਟਾਈਪ ਦੇ ਉੱਤੇ ਕਲਿੱਕ ਕੀਤਾ ਤਾਂ ਇਹ ਆਈਟਮ ਵਾਈਜ਼ ਹੋ ਗਿਆ ਸੋ ਉਸ ਤੋਂ ਬਾਅਦ ਆਪਾਂ ਡੇਟ ਮੋਡੀਫਾਈਡ ਕੀ ਸਭ ਤੋਂ ਪਹਿਲਾਂ ਜਿਹੜਾ ਆਈਕਨ ਬਣਿਆ ਲਾਸਟ ਦੇ ਉੱਤੇ ਜਿਹੜਾ ਆਈਕਨ ਬਣਿਆ ਉਹ ਸ਼ੋ ਹੋ ਜਾਵੇ ਸੋ ਇਸ ਤਰ੍ਹਾਂ ਜਿਹੜਾ ਹੈ ਇਹਦੀ ਸੈਟਿੰਗਸ ਆਪਾਂ ਕਰ ਸਕਦੇ ਹਾਂ ਸੋ ਨੈਕਸਟ ਹੁੰਦਾ ਆਪਣਾ ਰੀਫਰੈਸ਼ ਬਟਨ ਸਾਰੇ ਕੰਪਿਊਟਰ ਨੂੰ ਆਪਾਂ ਰੀਫਰੈਸ਼ ਕਰਨਾ ਹੁੰਦਾ ਤਾਂ ਰੀਫਰੈਸ਼ ਬਟਨ ਦੇ ਨਾਲ ਕਰ ਸਕਦੇ ਹਾਂ ਪੇਸਟ ਐਂਡ ਪੇਸਟ ਸ਼ਾਰਟਕੱਟ ਜਦੋਂ ਵੀ ਕੁਛ ਕਾਪੀ ਕੀਤਾ ਹੁੰਦਾ ਉਹਨੂੰ ਪੇਸਟ ਕਰਨਾ ਹੁੰਦਾ ਤਾਂ ਮਾਊਸ ਦੇ ਰਾਈਟ ਬਟਨ ਦੇ ਨਾਲ ਆਪਾਂ ਇਹਨੂੰ ਪੇਸਟ ਕਰ ਸਕਦੇ ਹਾਂ ਸੋ ਇਸੇ ਤਰ੍ਹਾਂ ਆਪਣੇ ਕੋਲ ਹੈਗਾ ਅੰਡੂ ਡਿਲੀਟ ਮਤਲਬ ਕੁਛ ਡਿਲੀਟ ਹੋ ਗਿਆ ਤਾਂ ਉਹਨੂੰ ਵਾਪਸ ਲੈ ਕੇ ਆਉਣਾ ਉਹ ਕਰ ਸਕਦੇ ਹਾਂ ਨੈਕਸਟ ਹੈਗਾ ਆਪਣੇ ਕੋਲ ਨੈਕਸਟ ਡਿਸਕਟੋਪ ਬੈਕਗਰਾਊਂਡ ਜਦੋਂ ਇਹ 'ਤੇ ਕਲਿੱਕ ਕੀਤਾ ਦੇਖੋ ਜਿਹੜੀ ਬੈਕਗਰਾਊਂਡ ਆ ਉਹ ਚੇਂਜ ਹੋ ਗਈ ਸੋ ਮੈਂ ਫਿਰ ਦੁਬਾਰਾ ਕਲਿੱਕ ਕੀਤਾ ਤਾਂ ਨੈਕਸਟ ਬੈਕਗਰਾਊਂਡ ਲੱਗ ਗਈ ਇਸੇ ਤਰ੍ਹਾਂ ਆਪਾਂ ਜਿਹੜੀ ਬੈਕਗਰਾਊਂਡ ਆ ਉਹ ਚੇਂਜ ਕਰ ਸਕਦੇ ਹਾਂ ਇਸ ਬਟਨ ਤੋਂ ਨੈਕਸਟ ਹੈਗਾ ਨਿਊ ਨਿਊ ਦੇ ਵਿੱਚ ਦੇਖੋ ਕਾਫੀ ਸਾਰੇ ਆਪਣੇ ਕੋਲ ਬਣੇ ਹੋਏ ਆ ਇਹਦੇ ਵਿੱਚੋਂ ਕੁਛ ਵੀ ਕ੍ਰੀਏਟ ਕਰ ਸਕਦੇ ਮੈਂ ਫੋਲਡਰ ਦੇ ਉੱਤੇ ਕਲਿੱਕ ਕੀਤਾ ਤਾਂ ਇੱਕ ਫੋਲਡਰ ਕ੍ਰੀਏਟ ਹੋ ਗਿਆ ਹੁਣ ਇਹਦੇ ਉੱਤੇ ਰਾਈਟ ਕਲਿੱਕ ਕਰਕੇ ਮੈਂ ਇਹਦਾ ਰੀਨੇਮ ਕਰ ਸਕਦੀ ਮਤਲਬ ਇਸ ਫੋਲਡਰ ਦਾ ਨਾਮ ਦੇ ਸਕਦੀ ਹਾਂ ਸੋ ਮੈਂ ਇਸਦਾ ਨਾਮ ਜਿਹੜਾ ਕਿਰਨ ਦੇ ਦਿੱਤਾ ਇਸ ਫੋਲਡਰ ਦਾ ਹੁਣ ਅਗਰ ਮੈਂ ਇਹਨੂੰ ਡਿਲੀਟ ਕਰਨਾ ਆ ਜਾਂ ਇਸਦਾ ਨਾਮ ਚੇਂਜ ਕਰਨਾ ਆ ਦੈਨ ਮੈਂ ਇਹਨੂੰ ਨਾਮ ਚੇਂਜ ਕਰਨ ਲਈ ਦੁਬਾਰਾ ਰੀਨੇਮ ਕਰੂੰਗੀ ਅਗਰ ਇਹਨੂੰ ਡਿਲੀਟ ਕਰਨਾ ਤਾਂ ਰਾਈਟ ਕਲਿੱਕ ਕਰਕੇ ਇਹਨੂੰ ਡਿਲੀਟ ਕਰੂੰਗੀ ਅਗਰ ਕੱਟ ਕਰਨਾ ਦੈਨ ਕੱਟ ਕਰ ਸਕਦੀ ਹਾਂ ਰਾਈਟ ਕਲਿੱਕ ਕਰਕੇ ਮੈਂ ਇਹਨੂੰ ਓਪਨ ਕਰ ਸਕਦੀ ਸੋ ਮੈਂ ਇਸ ਤਰ੍ਹਾਂ ਓਪਨ ਕੀਤਾ ਤਾਂ ਇਹ ਫੋਲਡਰ ਖਾਲੀ ਆ ਕਿਉਂਕਿ ਇਹਦੇ ਵਿੱਚ ਹਜੇ ਕੁਛ ਵੀ ਸੇਵ ਨਹੀਂ ਕੀਤਾ ਸੋ ਇੱਥੋਂ ਸੇਵ ਕਰਨ ਦੇ ਲਈ ਮੈਂ ਕੰਟਰੋਲ ਦੇ ਨਾਲ ਆ ਚਾਰ ਪਿਕਚਰ ਜਿਹੜੀਆਂ ਆ ਇਹ ਸਿਲੈਕਟ ਕਰ ਲਈਆਂ ਔਰ ਇਹਨਾਂ ਨੂੰ ਮੈਂ ਮੂਵ ਕਰੂੰਗੀ ਦੇਖੋ ਮੈਂ ਇਹਨੂੰ ਡਰੈਗ ਕਰਕੇ ਇਹਦੇ ਵਿੱਚ ਪਾ ਦਿੱਤਾ ਇਸ ਫੋਲਡਰ ਦੇ ਵਿੱਚ ਅਤੇ ਸਾਰੀਆਂ ਦੇ ਸਾਰੀਆਂ ਪਿਕਚਰਸ ਇਹਦੇ ਵਿੱਚ ਚਲੇ ਗਈਆਂ ਦੋ ਫਾਈਲਸ ਨੇ ਅਤੇ ਦੋ ਪਿਕਚਰਸ ਨੇ ਉਹ ਇਹਦੇ ਵਿੱਚ ਚਲੇ ਗਈਆਂ ਹੁਣ ਮੰਨ ਲਓ ਕਿ ਇਹ ਜਿਹੜੀਆਂ ਆ ਮੈਂ ਇੱਥੋਂ ਅੰਡੂ ਡਿਲੀਟ ਕਰ ਦਿੱਤਾ ਰਾਈਟ ਕਲਿੱਕ ਕਰਕੇ ਅੰਡੂ ਡਿਲੀਟ ਦਾ ਕੰਮ ਪਤਾ ਲੱਗ ਗਿਆ ਕਿ ਕਿਸ ਤਰ੍ਹਾਂ ਆਪਾਂ ਜਿਹੜਾ ਆ ਇਹਦਾ ਅੰਡੂ ਡਿਲੀਟ ਕਰਕੇ ਵਾਪਸ ਉਹੀ ਚੀਜ਼ ਦੁਆਰਾ ਕਰ ਸਕਦੇ ਦੇਖੋ ਫੋਲਡਰ ਫਿਰ ਦੁਬਾਰਾ ਖਾਲੀ ਹੋ ਗਿਆ ਅਤੇ ਉਹ ਵਾਪਸ ਉਸੇ ਜਗ੍ਹਾ 'ਤੇ ਆ ਗਿਆ ਹੁਣ ਮੰਨ ਲਓ ਕਿ ਮੈਂ ਇਹਨਾਂ ਦੋ ਫਾਈਲਸ ਨੂੰ ਕੱਟ ਕੀਤਾ ਅਤੇ ਇਹਦੇ ਵਿੱਚ ਆ ਕੇ ਪੇਸਟ ਕੀਤਾ ਰਾਈਟ ਕਲਿੱਕ ਕਰਨਾ ਹਮੇਸ਼ਾ ਪੇਸਟ ਦੇ ਲਈ ਮਾਊਸ ਤੋਂ ਸੋ ਦੇਖੋ ਉੱਥੋਂ ਡਿਲੀਟ ਹੋ ਗਈਆਂ ਅਤੇ ਇੱਧਰ ਪੇਸਟ ਹੋ ਗਈਆਂ ਆ ਸੋ ਇਸੇ ਤਰ੍ਹਾਂ ਅਗਰ ਮੈਂ ਆਹ ਦੋ ਫਾਈਲਸ ਨੂੰ ਕਾਪੀ ਕਰਨਾ ਆ ਦੇਖੋ ਮੈਂ ਇੱਥੋਂ ਇਹਨੂੰ ਕਾਪੀ ਕਰੂੰਗੀ ਉਹਨੂੰ ਮੈਂ ਕੱਟ ਕੀਤਾ ਸੀ ਕਾਪੀ ਕਰਕੇ ਇਹਨੂੰ ਮੈਂ ਫੋਲਡਰ ਦੇ ਵਿੱਚ ਪੇਸਟ ਕੀਤਾ ਦੇਖੋ ਇਹ ਫਾਈਲਸ ਕੀ ਆ ਹੁਣ ਦੋਨੋਂ ਇੱਥੇ ਵੀ ਹੈਗੀਆਂ ਆ ਅਤੇ ਫੋਲਡਰ ਦੇ ਵਿੱਚ ਵੀ ਹੈਗੀਆਂ ਆ ਸੋ ਇਹੀ ਕੱਟ ਐਂਡ ਕਾਪੀ ਪੇਸਟ ਦਾ ਵਰਕ ਹੁੰਦਾ ਆ ਸੋ ਇਸ ਤਰ੍ਹਾਂ ਅਗਰ ਮੈਂ ਫੋਲਡਰ ਡਿਲੀਟ ਕਰਨਾ ਹੋਵੇ ਦੈਨ ਮੈਂ ਰਾਈਟ ਕਲਿੱਕ ਕਰਕੇ ਡਿਲੀਟ ਕਰ ਸਕਦੀ ਹਾਂ ਦੇਖੋ ਡਿਲੀਟ ਬਟਨ ਦੇ ਉੱਤੇ ਅਗਰ ਮੈਂ ਕਲਿੱਕ ਕਰੂੰਗੀ ਤਾਂ ਇਹ ਫੋਲਡਰ ਡਿਲੀਟ ਹੋ ਜਾਵੇਗਾ ਸੋ ਇਹਦੀ ਵਰਚਲੀਆਂ ਜਿਹੜੀਆਂ ਫਾਈਲਸ ਨੇ ਇਹਨਾਂ ਨੂੰ ਮੈਂ ਕਾਪੀ ਕਰਦੀ ਹਾਂ ਦੇਖੋ ਇਹਨਾਂ ਨੂੰ ਵੀ ਮੈਂ ਮੂਵ ਕਰ ਸਕਦੀ ਹਾਂ ਦੇਖੋ ਜਾਂ ਤਾਂ ਮੈਂ ਮੂਵ ਕਰ ਲੂੰਗੀ ਦੇਖੋ ਇਹ ਹੁਣ ਦੋਨੋਂ ਫਾਈਲਸ ਆਲਰੇਡੀ ਇਸ ਡਿਸਕਟੋਪ ਦੇ ਉੱਤੇ ਵੀ ਹੈਗੀਆਂ ਸੀ ਇਸ ਕਰਕੇ ਉਹ ਪੁੱਛ ਰਹੇ ਆ ਕਿ ਮੂਵ ਕਰਨਾ ਚਾਹੁੰਦੇ ਆ ਰੀਪਲੇਸ ਕਰਨਾ ਚਾਹੁੰਦੇ ਆ ਜਾਂ ਡੋਂਟ ਮੂਵ ਕਰਨਾ ਚਾਹੁੰਦੇ ਆ ਜਾਂ ਦੋਨੋਂ ਹੀ ਫਾਈਲਸ ਨੂੰ ਰੱਖਣਾ ਚਾਹੁੰਦੇ ਆ ਸੋ ਆਪਾਂ ਮੂਵ ਐਂਡ ਰੀਪਲੇਸ ਕਰ ਲੈਂਦੇ ਹਾਂ ਤਾਂ ਕਿ ਆਪਣੀਆਂ ਫਾਈਲਸ ਜ਼ਿਆਦਾ ਕੰਪਿਊਟਰ ਦੀ ਸਕਰੀਨ ਦੇ ਉੱਤੇ ਸ਼ੋ ਨਾ ਹੋਣ ਸੋ ਉਹੀ ਦੋ ਫਾਈਲਸ ਕਾਪੀ ਹੋਈਆਂ ਜਿਹੜੀਆਂ ਕਿ ਨਹੀਂ ਸੀ ਡਿਸਕਟੋਪ ਦੇ ਉੱਤੇ ਸੋ ਹੁਣ ਇਸ ਨੂੰ ਮੈਂ ਡਿਲੀਟ ਕਰ ਦਿੱਤਾ ਫੋਲਡਰ ਨੂੰ ਹੁਣ ਦੇਖੋ ਇਹ ਫੋਲਡਰ ਮੇਰਾ ਜਿਹੜਾ ਹੈ ਰੀਸਾਈਕਲ ਬਿਨ ਦੇ ਵਿੱਚ ਚਲੇ ਗਿਆ ਆ ਸੋ ਮੈਂ ਰੀਸਾਈਕਲ ਬਿਨ ਨੂੰ ਓਪਨ ਕਰਦੀ ਹਾਂ ਦੇਖੋ ਇੱਥੇ ਆਪਾਂ ਨਾਮ ਸਰਚ ਕਰ ਲੈਣਾ ਜਦੋਂ ਆਪਣੇ ਕੋਲ ਫਾਈਲਸ ਜ਼ਿਆਦਾ ਡਿਲੀਟ ਕੀਤੀਆਂ ਹੋਈਆਂ ਤਾਂ ਸਰਚ ਬਾਕਸ ਤੁਸੀਂ ਸਰਚ ਕਰਕੇ ਈਜ਼ੀਲੀ ਉੱਥੇ ਤੱਕ ਪਹੁੰਚ ਸਕਦੇ ਹੋ ਸੋ ਇਹਨੂੰ ਆਪਾਂ ਓਪਨ ਕਰ ਲੈਂਦੇ ਹਾਂ ਦੇਖੋ ਇਹਨੂੰ ਰੀਸਟੋਰ ਕਰਨ ਦੀ ਆਪਸ਼ਨ ਆਉਂਦੀ ਆ ਔਰ ਮੈਂ ਇਹਨੂੰ ਰੀਸਟੋਰ ਕਰ ਸਕਦੀ ਹਾਂ ਦੇਖੋ ਇਹ ਸਕਰੀਨ ਦੇ ਉੱਤੇ ਵਾਪਸ ਚਲੇ ਗਿਆ ਅਗਰ ਮੈਂ ਇਹਨੂੰ ਦੁਬਾਰਾ ਇੱਥੋਂ ਡਿਲੀਟ ਕਰਦੀ ਹਾਂ ਰਾਈਟ ਕਲਿੱਕ ਕਰਕੇ
देखो ये रीसाइकल बिन के बॉक्स में दोबारा आ गया। इतों अगर मैं डिलीट कर देनी हाँ दैन यह परमानेंटली डिलीट हो जाना, हूँ मैं इनू रीस्टोर नहीं कर सकती। सो इस तरह आप रीसाइकल बिन भी यूज़ कर सकते, इस तरह फाइल्स फोल्डर क्रिएट कर सकते। इस तरह अपने को शॉर्टकट आइकनस है जिन्होंने क्लिक करके आप शॉर्टकट आइकन क्रिएट कर सकते हैं। देखो सपोज ये आप कोई नाम दे दें, कोई भी जी फाइल आप सिलेक्ट कर लें, सपोज आ वाला फोल्डर लॉकडाउन, इन मैं शॉर्टकट बना के रखना चाहती हाँ। सो मैं नैक्सट कराँगी यही नाम यदा मैं रह दाँगी और फिनिश कर दाँगी। देखो इस फोल्डर का शॉर्टकट आइकन बन गया, देखो ब्लू कलर का एरो बन गया। इस तरह मैं डिलीट कर सकती हाँ राइट क्लिक करके। सो इस तरह बिटमैप इमेज मतलब कि पेंट की कोई इमेज आप सेव करना चाहते हैं, पहला उन्होंने सेव कर लेना उस तो बाद वर्क करना। सो इस तरह आप बना सकते हैं और मैं इस तरह उन्होंने डिलीट भी कर दिता। सो कॉन्टैक्ट भी आप कंप्यूटर के अपने सारे सेव करके रख सकते, जिस तरह आप अपने मोबाइल के कॉन्टैक्ट नंबर सेव करते हैं। सो इस तरह ये भी आप सारी कॉन्टैक्ट नंबर सेव कर सकते हैं। सो ये सारी तरह की इनफॉर्मेशन आप रख सकते हैं, नोट्स भी रख सकते हैं। सो कह रहे हैं कि पहला थानू ये कुछ सेव किया होना चाहिए फिर ही क्लिक कर सकते हैं। सो तुम ट्राई जरूर करके देख लेना। सो इस तरह अगलिया फाइल्स भी तुम क्रिएट कर सकते हैं माउस तो राइट क्लिक करके। नैक्सट है अपने को स्क्रीन रेजोल्यूशन, गैजेट एंड परसनलाइज, ये तीनों ही नाल ही आप डेट एंड टाइम जोड़ा है अगली वीडियो में डिस्कस करांगे, क्योंकि ये वीडियो काफ़ी लंबी हो गई है। सो चैनल नू लाइक एंड शेयर जरूर करना, तो वीडियो में कमेंट करके जरूर दसना कि वीडियो कहोजी लगी, तो नैक्सट पार्ट लई जरूर देखना। थैंक यू सो मच।